ਸੋਚਦੀ ਕੀ ਆ, ਲੈ ਲਾ ਫੜ ਲਾ। ਰਹਿਣ ਦੇ ਬੇਬੇ, ਕਿਉਂ ਆ ਚਾਬੀਆਂ ਨੂੰ ਫੜਾਉਣ ਤੋਂ ਪਹਿਲਾਂ ਇੱਕ ਨਹੀਂ 100 ਵਾਰੀ ਸੋਚ ਲਾ। ਬਜ਼ੁਰਗ ਜਦੋਂ ਤੱਕ ਸਿਰ ਤੇ ਹੁੰਦੇ ਆ ਨਾ, ਇਹ ਚਾਬੀਆਂ ਦੇ ਜਿਹੜਾ ਪ੍ਰਬੰਧ ਆ ਇਹ ਬਜ਼ੁਰਗਾਂ ਨੂੰ ਸ਼ੋਭਾ ਦਿੰਦਾ ਇਹ, ਨਹੀਂ ਤਾਂ ਫਿਰ ਆਮ ਆਪਾਂ ਸੁਣਦੇ ਨਹੀਂ। ਮੈਂ ਪਹਿਲਾਂ ਹੀ ਤੁਹਾਨੂੰ ਆ ਦੇ ਕੇ ਸਾਰਾ ਕੁਝ ਦੇ ਹੱਥ ਬਣਾ ਲਏ, ਕੱਲ ਨੂੰ ਕਲਾ ਨੂੰ ਸਾਡੇ ਦਿਮਾਗ 'ਚ ਫਰਕ ਪੈ ਗਿਆ, ਫਿਰ ਤੂੰ ਕੀ ਕਰੇਂਗੀ? ਮੈਂ 100 ਵਾਰ ਨਹੀਂ 1000 ਵਾਰ ਸੋਚ ਲਿਆ, ਇਹਨੂੰ ਆਈ ਨੂੰ ਇੰਨੇ ਸਾਲ ਹੋ ਗਏ, ਮੈਨੂੰ ਇਹਦਾ ਪਤਾ ਵੀ ਇਹ ਕੀ ਸਾਂਭ ਸਕਦੀ ਆ। ਮੈਂ ਆਪਦੀ ਜ਼ਿੰਮੇਵਾਰੀ ਇਹਨੂੰ ਦੇਣਾ ਚਾਹੁੰਦੀ ਆ। ਕਰ ਲਾ ਮਰਜ਼ੀ, ਫਿਰ ਬਾਅਦ 'ਚ ਮੈਨੂੰ ਕਿਸੇ ਕਿਸਮ ਦਾ ਨਾ ਤੂੰ ਲਾਂਭਾ ਨਾ ਦੇਈ। ਮੈਂ ਜਿਹੜਾ ਕੰਮ ਕਰਨ ਲੱਗੀ ਆ ਨਾ, ਬਹੁਤ ਸੋਚ ਸਮਝ ਕੇ ਕਰਨ ਲੱਗੀ ਆ। ਆ ਲੈ ਫੜ ਪੁੱਤ ਤੂੰ। ਮੰਮੀ, ਮੈਂ ਤੁਹਾਡੇ ਜਿੰਨੀ ਸਿਆਣੀ ਨਹੀਂ ਹੈਗੀ ਜੋ ਘਰ ਦੀ ਜ਼ਿੰਮੇਵਾਰੀ ਚੱਕ ਸਕਾਂ, ਇਹਨੂੰ ਤੁਸੀਂ ਆਪਣੇ ਕੋਲ ਹੀ ਰੱਖੋ। ਨਹੀਂ ਬੇਟਾ, ਇਹ ਤੇਰਾ ਫਰਜ਼ ਆ, ਤੂੰ ਹੁਣੇ ਸਾਂਭ ਆਪਣਾ, ਨਾਲੇ ਤੈਨੂੰ ਸਾਰਾ ਪਤਾ ਲੱਗੂ ਕੀ ਲੈਣਾ ਦੇਣਾ, ਸਾਰੀ ਸੋਝੀ ਆਊ। ਜਿਹੜੇ ਕੰਮ ਦਾ ਨਹੀਂ ਪਤਾ ਲੱਗੂ ਉਹ ਮੇਰੇ ਤੋਂ ਪੁੱਛ ਲਈ। ਰੱਬਾ ਤੇਰਾ ਲੱਖ ਲੱਖ ਸ਼ੁਕਰ ਆ, ਅੱਜ ਮੈਂ ਆਪਦੀ ਜ਼ਿੰਮੇਵਾਰੀ ਇਹਨੂੰ ਦੇਤੀ। ਅਕਸਰ ਵੀ ਤਾਂ ਇੰਨਾ ਨਹੀਂ ਸਾਂਭਣਾ, ਹੁਣ ਆਪਦਾ ਟੈਨਸ਼ਨ ਆਪੇ ਲਊਗੀ। ਮੈਂ ਤਾਂ ਸੁਰਖਰੂ ਹੋ ਗਈ ਇਸ ਗੱਲ ਤੋਂ, ਮੈਨੂੰ ਤਾਂ ਬੇਫਿਕਰੀ ਹੋ ਗਈ। ਸਮਝਦਾਰ ਬਥੇਰੀ ਹੈ, ਇਹਨੇ ਆਪੇ ਹੀ ਸਾਰਾ ਕੁਝ ਕਰ ਲੈਣਾ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਗੁੱਤੇ। ਅਚਾਨਕ ਨਾ ਫੋਨ ਨਾ ਕੁਛ। ਅਚਾਨਕ ਮੰਮੀ ਲੋੜ ਹੀ ਇੱਦਾਂ ਦੀ ਪੈ ਗਈ, ਫਿਰ ਫੋਨ ਥੋੜੀ ਸੁੱਧਦਾ ਹੁੰਦਾ ਬੰਦਾ, ਫਿਰ ਤਾਂ ਇੱਕੋ ਦਮ ਹੀ ਆਉਂਦਾ ਆ। ਇਹੋ ਜਿਹੀ ਕੀ ਗੱਲ ਹੋ ਗਈ? ਮੰਮੀ ਤੁਹਾਨੂੰ ਕੰਮ ਕਰਦਾ ਤਾਂ ਪਤਾ ਹੀ, ਇਹਨਾਂ ਦੇ ਤਾਂ ਕਿੰਨਾ ਮਾੜਾ ਹਾਲ ਹੋਇਆ ਪਿਆ ਆ। ਦੇਣ ਵਾਲੇ ਜਿਹੜੇ ਉਹ ਪੈਸੇ ਦਿੰਦੇ ਨਹੀਂ ਹੈਗੇ, ਤੇ ਜਿਹੜੇ ਲੈਣ ਵਾਲੇ ਆ ਇੰਨੇ ਗੇੜੇ ਮਾਰਦੇ ਨੇ, ਸ਼ਰਮ ਬਹੁਤ ਆਉਂਦੀ ਹੈ। ਫਿਰ ਮੈਂ ਕਿਹਾ ਚੱਲ ਮੈਂ ਮੰਮੀ ਕੋਲ ਜਾਂਦੀ ਹਾਂ, ਚੱਲ 1 ਲੱਖ ਰੁਪਈਆ ਫੜ ਲਿਆਉਣੀ ਆ, ਜਿਹੜਾ ਦੇਣਾ ਲੈਣਾ ਆ ਉਹ ਥੋੜ੍ਹਾ ਜਿਹਾ ਨੇੜੇ ਲੱਗ ਜੂਗਾ ਨਾ। ਤੂੰ ਕਿਹੜੀ ਸੋਚਾਂ 'ਚ ਪੈ ਗਈ? ਅੱਗੇ ਤਾਂ ਕਦੇ ਸੋਚਿਆ ਨਹੀਂ ਮੈਨੂੰ ਦੇਣ ਲੱਗਿਆ, ਮੈਨੂੰ ਵੀ ਲੋੜ ਵੇਲੇ ਮੰਮੀ ਤੇਰੇ ਤੋਂ ਬਿਨਾਂ ਤਾਂ ਕੋਈ ਸੁੱਝਿਆ ਹੀ ਨਹੀਂ, ਤਾਂ ਹੀ ਤਾਂ ਮੈਂ ਇੱਧਰ ਆ ਗਈ। ਮੇਰੇ ਹੱਥ ਵਸ ਹੁਣ ਕੁਛ ਨਹੀਂ। ਕਿਉਂ, ਹੱਥ ਵਸ ਨੂੰ ਕੀ ਹੋ ਗਿਆ? ਹੁਣ ਸਾਰੀ ਜ਼ਿੰਮੇਵਾਰੀ ਤੇਰੀ ਭਾਬੀ ਕੋਲ ਹੀ ਆ, ਉਹਨੇ ਹੀ ਚੱਕੀ ਆ, ਸਾਰੇ ਕੰਮ ਉਹੀ ਕਰਦੀ ਆ ਘਰ। ਜੇ ਪੁੱਤ ਹੁਣ ਤੈਨੂੰ ਪੈਸਿਆਂ ਦੀ ਲੋੜ ਆ, ਮੈਂ ਕੁਛ ਨਹੀਂ ਕਰ ਸਕਦੀ, ਤੂੰ ਆਪਦੀ ਭਾਬੀ ਤੋਂ ਮੰਗ ਲੈ। ਸ਼ਾਬਾਸ਼ੀ ਤੇਰੇ, ਹੁਣ ਤੇਰੇ ਕਹਿਣ ਦਾ ਮਤਲਬ ਆ ਮੈਂ ਉਹਦੇ ਮੂਹਰੇ ਹੱਥ ਅੱਡਾਂ? ਤੇਰੇ ਹੁੰਦੇ ਹੋਏ ਉਹ ਕੌਣ ਹੁੰਦੇ ਘਰ ਦੀ ਜ਼ਿੰਮੇਵਾਰੀ ਚੱਕਣ ਵਾਲੀ? ਐਵੇਂ ਟਾਲ ਮਟੋਲੇ ਜੇ ਕਰੀ ਜਾਂਦੇ ਆ, ਐਵੇਂ ਮੇਰੀ ਬੇਇੱਜ਼ਤੀ ਕਰਾਉਣ ਲੱਗੀ ਹੋਈ ਆ ਭਾਬੀ ਤੋਂ। ਮੈਂ ਕਿਹੜਾ ਝੂਠ ਬੋਲਦੀ ਆ, ਸੱਚੀ ਕਹਿੰਨੀ ਆ ਤੈਨੂੰ। ਮੈਥੋਂ ਨਹੀਂ ਉਹਦੇ ਮੂਹਰੇ ਹੱਥ ਅੱਡ ਕੇ ਆਪਦੀ ਬੇਇੱਜ਼ਤੀ ਕਰਾਈ ਜਾਣੀ? ਇਹਦੇ 'ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ, ਵੱਡੀ ਭਰਜਾਈ ਮਾਵਾਂ ਬਰਾਬਰ ਹੀ ਹੁੰਦੀ ਆ। ਜਿਹੋ ਜਿਹਾ ਮੇਥੋਂ ਮੰਗ ਲਿਆ ਉਹੋ ਜਿਹਾ ਉਹ ਤੋਂ ਮੰਗ ਲਿਆ, ਤੂੰ ਇੱਕ ਵਾਰ ਕਹਿ ਤਾਂ ਸਹੀ। ਮੈਂ ਸਾਰਾ ਕੁਛ ਸੁਣ ਲਿਆ ਮੰਮੀ, ਆ ਗੁੱਡੀ ਨੂੰ ਪੈਸਿਆਂ ਦੀ ਲੋੜ ਆ, ਪਰ ਇਹਨੂੰ ਪੈਸੇ ਦੇਣ ਤੋਂ ਪਹਿਲਾਂ ਮੇਰੀ ਇੱਕ ਸ਼ਰਤ ਆ। ਹੈ ਸ਼ਰਤ? ਆ ਦੇਖ ਲਾ, ਤੂੰ ਇਹੀ ਚਾਹੁੰਦੀ ਸੀ ਕਿ ਪੈਗੀ ਤੇਰੇ ਕਾਲ 'ਚ ਠੰਡ, ਆ ਹੁਣ ਸ਼ਰਤ ਰੱਖ ਕੇ ਮੈਨੂੰ ਪੈਸੇ ਦੇਊਗੀ। ਹੈ ਤੂੰ ਐਵੇਂ ਗੁੱਸੇ 'ਚ ਆ ਗਈ ਆ ਇੰਨਾ, ਤੂੰ ਤਾਂ ਪੁੱਛ ਤਾਂ ਲੈ ਵੀ ਕਿਹੜੀ ਸ਼ਰਤ ਆ। ਦੱਸ ਦੇ ਭਾਬੀ ਕਿਹੜੀ ਸ਼ਰਤ ਆ? ਗੱਲ ਤਾਂ ਇਹ ਆ ਵੀ ਪੈਸੇ ਦਾ ਲੈਣ ਦੇਣ ਬਹੁਤ ਮਾੜਾ ਹੁੰਦਾ। ਉਹ ਕਹਿੰਦੇ ਨੇ ਨਾ, ਜੇ ਕਿਸੇ ਰਿਸ਼ਤੇ 'ਚ ਫਰਕ ਪਾਉਣਾ ਹੋਵੇ ਤਾਂ ਜਾਂ ਤਾਂ ਅਗਲੇ ਨੂੰ ਪੈਸੇ ਉਧਾਰ ਦੇ ਦਿਓ ਤੇ ਜਾਂ ਅਗਲੇ ਕੋਲੋਂ ਲੈ ਲਓ, ਤੇ ਇਸ ਲੈਣ ਦੇਣ ਦੇ ਵਿੱਚ ਪੈਸਾ ਜਿੱਤ ਜਾਂਦਾ ਤੇ ਰਿਸ਼ਤਾ ਹਾਰ ਜਾਂਦਾ। ਭਾਬੀ ਤੂੰ ਕਹਿਣਾ ਕੀ ਚਾਹੁੰਦੀ ਆ, ਤੂੰ ਪੈਸੇ ਦੇਣੇ ਆ ਕਿ ਨਹੀਂ ਦੇਣੇ? ਇੱਕ ਤਰਫੀ ਗੱਲ ਮੁਕਾ ਹੁਣ। ਪੈਸੇ ਦੇਣ ਤੋਂ ਮੈਂ ਨਾ ਨਹੀਂ ਕਰਦੀ ਗੁੱਡੀ, ਪਰ ਪਹਿਲਾਂ ਮੇਰੀ ਸ਼ਰਤ ਤਾਂ ਸੁਣ ਲਾ। ਚੱਲ ਉਹ ਵੀ ਦੱਸ ਦੇ ਹੁਣ ਕਿਹੜੀ ਸ਼ਰਤ ਆ। ਗੁੱਡੀ ਪੈਸੇ ਤਾਂ ਤੂੰ ਲੈ ਜਾਏਂਗੀ, ਪਰ ਇਹ ਵੀ ਹੋ ਸਕਦਾ ਵੀ ਪੈਸੇ ਵਾਪਸ ਤੇਰੇ ਕੋਲੇ ਦੇ ਹੋਣ ਜਾਂ ਨਾ ਦੇ ਹੋਣ। ਪੈਸੇ ਲੈਣੇ ਬਹੁਤ ਔਖੇ ਨੇ ਪਰ ਵਾਪਸ ਕਰਨੇ ਬਹੁਤ ਔਖੇ ਨੇ। ਤੂੰ ਹੈਗੀ ਆ ਇਸ ਘਰ ਦੀ ਕੁੜੀ, ਤੇਰਾ ਇਹ ਪੇਕਾ ਘਰ ਆ, ਰਿਸ਼ਤਾ ਟੁੱਟਣ ਵਾਲਾ ਹੈ ਨਹੀਂ। ਤੇ ਆਪਾਂ ਅਕਸਰ ਦੇਖਦੇ ਆ ਨਾ, ਜਦੋਂ ਟਾਈਮ ਸਿਰ ਪੈਸੇ ਵਾਪਸ ਨਾ ਕਰ ਹੋਣ ਤਾਂ ਬੰਦਾ ਆਨੀ ਬਾਨੀ ਆ ਸਾਹਮਣੇ ਆਉਣ ਤੋਂ ਵੀ ਕਤਰਾਉਣ ਲੱਗ ਜਾਂਦਾ। ਇਦਾਂ ਤਾਂ ਰਿਸ਼ਤਿਆਂ 'ਚ ਤਰੇੜ ਪੈ ਜਾਂਦੀ ਆ ਨਾ।
ਜੀਤੀ ਕੀ ਗੱਲ, ਤੂੰ ਗੇੜਾ ਹੀ ਨੀ ਮਾਰਿਆ? ਭੂਆ ਯਾਦ ਨੀ ਆਈ? ਭੂਆ ਗੇੜਾ ਮਾਰਨਾ ਕਿਹੜਾ ਸੌਖਾ ਪਿਆ, ਘਰਾਂ ਦੇ ਵਿੱਚ 100 ਕੰਮ ਹੁੰਦੇ ਨੇ। ਮੈਨੂੰ ਪਤਾ ਭੂਆ ਤੂੰ ਆਨੀ ਬਹਾਨੀ ਫੋਨ ਕਰਕੇ ਮੈਨੂੰ ਇਹ ਚੇਤੇ ਕਰਾਉਂਦੀ ਪਈ ਆ ਵੀ ਮੈਂ ਤੇਰੇ ਪੈਸੇ ਦੇਣੇ ਆ। ਮੈਂ ਤਾਂ ਪੁੱਤ ਤੈਨੂੰ ਪੈਸਿਆਂ ਨੂੰ ਕਿਹਾ ਹੀ ਨੀ, ਤੂੰ ਪੈਸੇ ਦੇਈ ਚਾਹੇ ਨਾ ਦੇਈ, ਕਮ ਸੇ ਕਮ ਪੁੱਤ ਗੇੜਾ ਤਾਂ ਮਾਰ ਜਾ। ਕੋਈ ਨਾ, ਉਦਣ ਹੀ ਗੇੜਾ ਮਾਰੂ ਜਿੱਦਣ ਤੇਰੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਹੋਊਗਾ। ਗੱਲ ਤਾਂ ਤੇਰੀ ਪੁੱਤ ਬਿਲਕੁਲ ਸਹੀ ਆ, ਆਹੀ ਰਿਸ਼ਤਿਆਂ 'ਚ ਫਰਕ ਪੈ ਜਾਂਦਾ। ਤੇ ਗੁੱਡੀ ਮੈਂ ਚਾਹੁੰਦੀ ਆ ਆ ਪੈਸੇ ਕਰਕੇ ਆਪਣੇ ਰਿਸ਼ਤੇ 'ਚ ਫਰਕ ਨਾ ਪਵੇ। ਕੱਲ ਨੂੰ ਤੂੰ ਪੈਸੇ ਵਾਪਸ ਕਰੀ ਚਾਹੇ ਨਾ ਕਰੀ, ਪਰ ਤੂੰ ਆਪਦੇ ਪੇਕੇ ਘਰ ਆਉਣਾ ਨਾ ਛੱਡੇ, ਤੇ ਤੂੰ ਮੇਰੇ ਨਾਲ ਵਾਅਦਾ ਕਰ, ਹਾਲਾਤ ਚਾਹੇ ਜੋ ਮਰਜ਼ੀ ਹੋ ਜਾਣ, ਤੂੰ ਇਸ ਘਰ ਨਾਲੋਂ ਕਦੇ ਨਹੀਂ ਟੁੱਟੇਂਗੀ। ਕਿਉਂਕਿ ਧੀਆਂ ਜਦੋਂ ਪੇਕਿਆਂ ਨਾਲੋਂ ਟੁੱਟਦੀਆਂ ਨੇ ਨਾ, ਇਹ ਵਿਛੋੜਾ ਮਾਪਿਆਂ ਲਈ ਸਹਿਣਾ ਵੀ ਔਖਾ ਹੋ ਜਾਂਦਾ ਤੇ ਧੀਆਂ ਲਈ ਵੀ। ਸੋਰੀ ਭਾਬੀ, ਮੈਂ ਤੇ ਤੈਨੂੰ ਗਲਤ ਹੀ ਸਮਝ ਲਿਆ ਸੀ। ਗੁੱਡੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੇਰੀ ਭਾਬੀ ਤਾਂ ਬਹੁਤ ਸਿਆਣੀ ਆ। ਸਹੀ ਗੱਲ ਹੈ ਨਾ, ਦੁਨੀਆ ਵਿੱਚ ਅੱਧੇ ਤੋਂ ਵੱਧ ਰਿਸ਼ਤੇ ਤਾਂ ਪੈਸੇ ਦੇ ਲੈਣ ਦੇਣ ਕਰਕੇ ਹੀ ਖਰਾਬ ਹੋ ਜਾਂਦੇ ਨੇ। ਜਿਹੜਾ ਪੈਸੇ ਲੈਂਦਾ ਆ ਉਹ ਦੇਣ ਵਾਲੇ ਦੇ ਸਾਹਮਣੇ ਆਉਣ ਤੋਂ ਕਤਰਾਉਣ ਲੱਗ ਜਾਂਦਾ, ਤੇ ਜਿਹੜਾ ਪੈਸੇ ਦਿੰਦਾ ਆ ਜਦੋਂ ਉਹ ਪੈਸੇ ਆਪਦੇ ਵਾਪਸ ਮੰਗਦਾ ਆ ਤਾਂ ਵੀ ਰਿਸ਼ਤਾ ਖਰਾਬ ਹੋ ਜਾਂਦਾ।